ਬੜੀ ਮਹੱਤਵਪੂਰਨ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਨੀ ਸੀ। ਅਸੀਂ ਇੱਥੇ ਕਿਸਾਨ ਸੰਘਰਸ਼ ਦੇ ਵਿੱਚ ਟਿੱਕਰੀ ਬਾਰਡਰ ਤੇ ਆਏ ਹੋਏ ਆ। ਇੱਥੇ ਅਸੀਂ ਲੰਘ ਰਹੇ ਸੀ ਤੇ ਵੀਰ ਗੱਲਾਂ ਕਰ ਰਹੇ ਸੀ ਕਿ ਦੁੱਧ ਗਰਮ ਕਰ ਰਹੇ ਸੀ। ਜਦੋਂ ਇਹਨਾਂ ਨੇ ਦੁੱਧ ਗਰਮ ਕੀਤਾ ਤਾਂ ਤੁਸੀਂ ਦੇਖੋ ਵੀ ਜਿਹੜਾ ਆਪਣਾ ਦੁੱਧ ਹੁੰਦਾ ਉਹ ਜਾਂ ਪਾਟ ਕੇ ਪਨੀਰ ਬਣ ਜਾਂਦਾ ਜਾਂ ਦੁੱਧ ਜਿਹੜਾ ਸਹੀ ਹੋਵੇ ਦੁੱਧ ਹੀ ਰਹਿੰਦਾ। ਇਹ ਜਦੋਂ ਇਹਨਾਂ ਨੇ ਦੁੱਧ ਨੂੰ ਉਬਾਲਾ ਦਿੱਤਾ ਤੇ ਇਹਦੇ ਵਿੱਚੋਂ ਮੰਨ ਲਓ ਬਿਲਕੁਲ ਜਿਵੇਂ ਆਪਾਂ ਇੱਕ ਕੋਈ ਕੱਪੜਾ ਹੁੰਦਾ ਕੋਈ ਇਹਦੇ ਚ ਚਿਕਨਾਈ ਨਹੀਂ, ਜਿਵੇਂ ਆਪਣੇ ਸਿਰ ਦੇ ਵਾਲ ਹੁੰਦੇ ਆ ਉਸ ਤਰੀਕੇ ਨਾਲ ਇਹ ਦੁੱਧ ਬਣ ਗਿਆ। ਸੋ ਮੈਂ ਜਿਹੜੀ ਮੇਨ ਬੇਨਤੀ ਸੀਗੀ ਉਹ ਇਹ ਕਰਨੀ ਸੀ ਕਿ ਆਪਣੇ ਪੰਜਾਬ ਦੇ ਵਿੱਚੋਂ ਜਾਂ ਹਰਿਆਣੇ ਦੇ ਵਿੱਚੋਂ ਮੋਸਟਲੀ ਲੋਕ ਪੈਸਾ ਦਾਨ ਕਰ ਰਹੇ ਆ ਕਿ ਉਹਦਾ ਕੋਈ ਪਦਾਰਥ ਤੁਸੀਂ ਲੈ ਕੇ ਸੰਘਰਸ਼ ਦੇ ਵਿੱਚ ਦੇ ਦਿਓ ਤੇ ਜ਼ਿਆਦਾਤਰ ਲੋਕ ਜਿਹੜੀ ਡੇਲੀ ਵਰਤੋਂ ਦੀ ਚੀਜ਼ ਆ ਦੁੱਧ ਹੈ ਉਹ ਇੱਥੇ ਭੇਜ ਰਹੇ ਆ। ਸੋ ਮੈਂ ਬੇਨਤੀ ਕਰਦਾ ਕਿ ਭਰਾਵੋ ਉਹਨਾਂ ਬੰਦਿਆਂ ਤੋਂ ਜਿਹੜਾ ਦੁੱਧ ਲੈ ਕੇ ਸੰਘਰਸ਼ ਦੇ ਵਿੱਚ ਭੇਜੋ ਕਿ ਜਿਹੜੇ ਤੁਹਾਨੂੰ ਸਹੀ ਦੁੱਧ ਦੇ ਸਕਣ, ਤੁਹਾਨੂੰ ਪਤਾ ਹੋਵੇ ਕਿ ਜੇ ਤੁਸੀਂ ਦੁੱਧ ਦੇ ਪੈਸੇ ਦਿੱਤੇ ਆ ਤੁਹਾਨੂੰ ਦੁੱਧ ਹੀ ਮਿਲ ਰਿਹਾ। ਇਹਨੂੰ ਜੇਕਰ ਇਹ ਨਾ ਇੱਦਾਂ ਖਰਾਬ ਹੁੰਦਾ ਨਾ ਫਟਦਾ, ਪਤਾ ਨਹੀਂ ਇੱਥੇ ਕਿੰਨੇ ਸੌ ਜਾਂ ਹਜ਼ਾਰ ਬੰਦੇ ਨੇ ਇਹਦੀ ਕੋਈ ਬਣੀ ਹੋਈ ਚੀਜ਼ ਖਾਣੀ ਸੀ ਜਾਂ ਪੀਣਾ ਸੀ ਜਿਹਦੇ ਨਾਲ ਬੜੀਆਂ ਇੱਥੇ ਲੋਕਾਂ ਨੂੰ ਭਿਆਨਕ ਜਿਹੜੀਆਂ ਬਿਮਾਰੀਆਂ ਜਾਂ ਕਿਸੇ ਦਾ ਪੇਟ ਖਰਾਬ ਹੁੰਦਾ ਏਦਾਂ ਦੀਆਂ ਜਿਹੜੀਆਂ ਬਿਮਾਰੀਆਂ ਆ ਉਹ ਲੱਗ ਸਕਦੀਆਂ। ਸੋ ਬੇਨਤੀ ਆ ਕਿ ਜਿੱਥੋਂ ਵੀ ਤੁਸੀਂ ਕੋਈ ਸੇਵਾ ਭੇਜ ਰਹੇ ਹੋ ਸੇਵਾ ਕਰ ਰਹੇ ਹੋ ਇਹ ਜ਼ਰੂਰ ਦੇਖੋ ਕਿ ਜਿਹੜੀ ਚੀਜ਼ ਵਾਸਤੇ ਤੁਸੀਂ ਸੇਵਾ ਭੇਜ ਰਹੇ ਹੋ ਸਹੀ ਥਾਂ ਤੇ ਪੈਸਾ ਲੱਗ ਰਿਹਾ ਤੇ ਸਹੀ ਚੀਜ਼ ਜਿਹੜੀ ਕਿਸਾਨਾਂ ਵਾਸਤੇ ਇੱਥੇ ਸੰਘਰਸ਼ ਦੇ ਵਿੱਚ ਬੈਠੇ ਉਹਨਾਂ ਵਾਸਤੇ ਪਹੁੰਚ ਰਹੀ ਹੈ। ਸੋ ਇਸ ਚੀਜ਼ ਤੋਂ ਜ਼ਰੂਰ ਅਵੇਅਰ ਹੋਣਾ ਤੇ ਮੈਂ ਉਹਨਾਂ ਲੋਕਾਂ ਨੂੰ ਵੀ ਅਪੀਲ ਕਰਦਾ ਇੱਕ ਬੇਨਤੀ ਕਰਦਾ ਕਿ ਤੁਸੀਂ ਇਹ ਦੋ ਨੰਬਰ ਦਾ ਧੰਦਾ ਜਾਂ ਜਿਹੜੀ ਤੁਹਾਡੀ ਕਮਾਈ ਹੈ ਉਹ ਹੋਰ ਥਾਵਾਂ ਤੇ ਕਰੀ ਜਾਂਦੇ ਹੋ ਸਰ ਜਾਂਦਾ, ਪਰ ਇੱਥੇ ਜਿੱਥੇ ਇੱਕ ਯੱਗ ਵਰਗਾ ਐਡਾ ਵੱਡਾ ਕਿਸਾਨ ਅੰਦੋਲਨ ਕਿਸਾਨੀ ਸੰਘਰਸ਼ ਚੱਲ ਰਿਹਾ ਜਿੱਥੇ ਤੁਸੀਂ ਇੱਥੇ ਵੀ ਜਿਹੜੀ ਪਾਪ ਦੀ ਕਮਾਈ ਹੈ ਉਹ ਜਿੱਥੇ ਹੋਰ ਲੋਕ ਦਾਨ ਕਰ ਰਹੇ ਹੋ ਤੁਸੀਂ ਪਾਪ ਦੀ ਕਮਾਈ ਖਾਣ ਤੋਂ ਬਾਜ ਨਹੀਂ ਆ ਰਹੇ, ਇਹਦੇ ਨਾਲ ਜਿਹੜੇ ਹਜ਼ਾਰਾਂ ਲੋਕ ਇੱਥੇ ਬਿਮਾਰ ਹੋਣਗੇ। ਸੋ ਬੇਨਤੀ ਕਰਦੇ ਆ ਕਿ ਇੱਦਾਂ ਦੇ ਕੰਮਾਂ ਤੋਂ ਤੁਹਾਨੂੰ ਵੀ ਬਾਜ ਆਉਣਾ ਚਾਹੀਦਾ ਤੇ ਜਿਹੜੇ ਲੋਕ ਇੱਥੇ ਸਪੋਰਟ ਕਰਨ ਵਾਲੇ ਉਹਨਾਂ ਨੂੰ ਵੀ ਬੇਨਤੀ ਆ ਕਿ ਵੀਰੇ ਅੱਖਾਂ ਖੋਲ ਕੇ ਦਾਨ ਕਰੋ ਤੇ ਸਹੀ ਬੰਦਿਆਂ ਤੋਂ ਸਮਾਨ ਲੈ ਕੇ ਕਿਸਾਨੀ ਸੰਘਰਸ਼ ਦੇ ਵਿੱਚ ਭੇਜੋ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਬਾਈ ਜੀ। ਬਾਈ ਜੀ ਇੱਕ ਤੁਹਾਡੇ ਨਾਲ ਬੜੀ ਮਹੱਤਵਪੂਰਨ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਨੀ ਸੀ। ਅਸੀਂ ਇੱਥੇ ਕਿਸਾਨ ਸੰਘਰਸ਼ ਦੇ ਵਿੱਚ ਟਿੱਕਰੀ ਬਾਰਡਰ ਤੇ ਆਏ ਹੋਏ ਆ। ਇੱਥੇ ਅਸੀਂ ਲੰਘ ਰਹੇ ਸੀ ਤੇ ਵੀਰ ਗੱਲਾਂ ਕਰ ਰਹੇ ਸੀ ਕਿ ਦੁੱਧ ਗਰਮ ਕਰ ਰਹੇ ਸੀ। ਜਦੋਂ ਇਹਨਾਂ ਨੇ ਦੁੱਧ ਗਰਮ ਕੀਤਾ ਤਾਂ ਤੁਸੀਂ ਦੇਖੋ ਵੀ ਜਿਹੜਾ ਆਪਣਾ ਦੁੱਧ ਹੁੰਦਾ ਉਹ ਜਾਂ ਪਾਟ ਕੇ ਪਨੀਰ ਬਣ ਜਾਂਦਾ ਜਾਂ ਦੁੱਧ ਜਿਹੜਾ ਸਹੀ ਹੋਵੇ ਦੁੱਧ ਹੀ ਰਹਿੰਦਾ। ਇਹ ਜਦੋਂ ਇਹਨਾਂ ਨੇ ਦੁੱਧ ਨੂੰ ਉਬਾਲਾ ਦਿੱਤਾ ਤੇ ਇਹਦੇ ਵਿੱਚੋਂ ਮੰਨ ਲਓ ਬਿਲਕੁਲ ਜਿਵੇਂ ਆਪਾਂ ਇੱਕ ਕੋਈ ਕੱਪੜਾ ਹੁੰਦਾ ਕੋਈ ਇਹਦੇ ਚ ਚਿਕਨਾਈ ਨਹੀਂ, ਜਿਵੇਂ ਆਪਣੇ ਸਿਰ ਦੇ ਵਾਲ ਹੁੰਦੇ ਆ ਉਸ ਤਰੀਕੇ ਨਾਲ ਇਹ ਦੁੱਧ ਬਣ ਗਿਆ। ਸੋ ਮੈਂ ਜਿਹੜੀ ਮੇਨ ਬੇਨਤੀ ਸੀਗੀ ਉਹ ਇਹ ਕਰਨੀ ਸੀ ਕਿ ਆਪਣੇ ਪੰਜਾਬ ਦੇ ਵਿੱਚੋਂ ਜਾਂ ਹਰਿਆਣੇ ਦੇ ਵਿੱਚੋਂ ਮੋਸਟਲੀ ਲੋਕ ਪੈਸਾ ਦਾਨ ਕਰ ਰਹੇ ਆ ਕਿ ਉਹਦਾ ਕੋਈ ਪਦਾਰਥ ਤੁਸੀਂ ਲੈ ਕੇ ਸੰਘਰਸ਼ ਦੇ ਵਿੱਚ ਦੇ ਦਿਓ ਤੇ ਜ਼ਿਆਦਾਤਰ ਲੋਕ ਜਿਹੜੀ ਡੇਲੀ ਵਰਤੋਂ ਦੀ ਚੀਜ਼ ਆ ਦੁੱਧ ਹੈ ਉਹ ਇੱਥੇ ਭੇਜ ਰਹੇ ਆ। ਸੋ ਮੈਂ ਬੇਨਤੀ ਕਰਦਾ ਕਿ ਭਰਾਵੋ ਉਹਨਾਂ ਬੰਦਿਆਂ ਤੋਂ ਜਿਹੜਾ ਦੁੱਧ ਲੈ ਕੇ ਸੰਘਰਸ਼ ਦੇ ਵਿੱਚ ਭੇਜੋ ਕਿ ਜਿਹੜੇ ਤੁਹਾਨੂੰ ਸਹੀ ਦੁੱਧ ਦੇ ਸਕਣ, ਤੁਹਾਨੂੰ ਪਤਾ ਹੋਵੇ ਕਿ ਜੇ ਤੁਸੀਂ ਦੁੱਧ ਦੇ ਪੈਸੇ ਦਿੱਤੇ ਆ ਤੁਹਾਨੂੰ ਦੁੱਧ ਹੀ ਮਿਲ ਰਿਹਾ। ਇਹਨੂੰ ਜੇਕਰ ਇਹ ਨਾ ਇੱਦਾਂ ਖਰਾਬ ਹੁੰਦਾ ਨਾ ਫਟਦਾ, ਪਤਾ ਨਹੀਂ ਇੱਥੇ ਕਿੰਨੇ ਸੌ ਜਾਂ ਹਜ਼ਾਰ ਬੰਦੇ ਨੇ ਇਹਦੀ ਕੋਈ ਬਣੀ ਹੋਈ ਚੀਜ਼ ਖਾਣੀ ਸੀ ਜਾਂ ਪੀਣਾ ਸੀ ਜਿਹਦੇ ਨਾਲ ਬੜੀਆਂ ਇੱਥੇ ਲੋਕਾਂ ਨੂੰ ਭਿਆਨਕ ਜਿਹੜੀਆਂ ਬਿਮਾਰੀਆਂ ਜਾਂ ਕਿਸੇ ਦਾ ਪੇਟ ਖਰਾਬ ਹੁੰਦਾ ਏਦਾਂ ਦੀਆਂ ਜਿਹੜੀਆਂ ਬਿਮਾਰੀਆਂ ਆ ਉਹ ਲੱਗ ਸਕਦੀਆਂ। ਸੋ ਬੇਨਤੀ ਆ ਕਿ ਜਿੱਥੋਂ ਵੀ ਤੁਸੀਂ ਕੋਈ ਸੇਵਾ ਭੇਜ ਰਹੇ ਹੋ ਸੇਵਾ ਕਰ ਰਹੇ ਹੋ ਇਹ ਜ਼ਰੂਰ ਦੇਖੋ ਕਿ ਜਿਹੜੀ ਚੀਜ਼ ਵਾਸਤੇ ਤੁਸੀਂ ਸੇਵਾ ਭੇਜ ਰਹੇ ਹੋ ਸਹੀ ਥਾਂ ਤੇ ਪੈਸਾ ਲੱਗ ਰਿਹਾ ਤੇ ਸਹੀ ਚੀਜ਼ ਜਿਹੜੀ ਕਿਸਾਨਾਂ ਵਾਸਤੇ ਇੱਥੇ ਸੰਘਰਸ਼ ਦੇ ਵਿੱਚ ਬੈਠੇ ਉਹਨਾਂ ਵਾਸਤੇ ਪਹੁੰਚ ਰਹੀ ਹੈ। ਸੋ ਇਸ ਚੀਜ਼ ਤੋਂ ਜ਼ਰੂਰ ਅਵੇਅਰ ਹੋਣਾ ਤੇ ਮੈਂ ਉਹਨਾਂ ਲੋਕਾਂ ਨੂੰ ਵੀ ਅਪੀਲ ਕਰਦਾ ਇੱਕ ਬੇਨਤੀ ਕਰਦਾ ਕਿ ਤੁਸੀਂ ਇਹ ਦੋ ਨੰਬਰ ਦਾ ਧੰਦਾ ਜਾਂ ਜਿਹੜੀ ਤੁਹਾਡੀ ਕਮਾਈ ਹੈ ਉਹ ਹੋਰ ਥਾਵਾਂ ਤੇ ਕਰੀ ਜਾਂਦੇ ਹੋ ਸਰ ਜਾਂਦਾ, ਪਰ ਇੱਥੇ ਜਿੱਥੇ ਇੱਕ ਯੱਗ ਵਰਗਾ ਐਡਾ ਵੱਡਾ ਕਿਸਾਨ ਅੰਦੋਲਨ ਕਿਸਾਨੀ ਸੰਘਰਸ਼ ਚੱਲ ਰਿਹਾ ਜਿੱਥੇ ਤੁਸੀਂ ਇੱਥੇ ਵੀ ਜਿਹੜੀ ਪਾਪ ਦੀ ਕਮਾਈ ਹੈ ਉਹ ਜਿੱਥੇ ਹੋਰ ਲੋਕ ਦਾਨ ਕਰ ਰਹੇ ਹੋ ਤੁਸੀਂ ਪਾਪ ਦੀ ਕਮਾਈ ਖਾਣ ਤੋਂ ਬਾਜ ਨਹੀਂ ਆ ਰਹੇ, ਇਹਦੇ ਨਾਲ ਜਿਹੜੇ ਹਜ਼ਾਰਾਂ ਲੋਕ ਇੱਥੇ ਬਿਮਾਰ ਹੋਣਗੇ। ਸੋ ਬੇਨਤੀ ਕਰਦੇ ਆ ਕਿ ਇੱਦਾਂ ਦੇ ਕੰਮਾਂ ਤੋਂ ਤੁਹਾਨੂੰ ਵੀ ਬਾਜ ਆਉਣਾ ਚਾਹੀਦਾ
ਤੇ ਜਿਹੜੇ ਲੋਕ ਇੱਥੇ ਸਪੋਰਟ ਕਰਨ ਵਾਲੇ ਉਹਨਾਂ ਨੂੰ ਵੀ ਬੇਨਤੀ ਆ ਕਿ ਵੀਰੇ ਅੱਖਾਂ ਖੋਲ ਕੇ ਦਾਨ ਕਰੋ ਤੇ ਸਹੀ ਬੰਦਿਆਂ ਤੋਂ ਸਮਾਨ ਲੈ ਕੇ ਕਿਸਾਨੀ ਸੰਘਰਸ਼ ਦੇ ਵਿੱਚ ਭੇਜੋ। ਬਹੁਤ ਬਹੁਤ ਧੰਨਵਾਦ।